ਪਟਿਆਲਾ ਤੇ ਮਾਹੌਲ ਗਰਮਾਇਆ ਹੋਇਆ ਹੈ ਕਿਉਂਕਿ ਇੱਕ ਦੂਜੇ ਦੇ ਸਿਆਸੀ ਵਿਰੋਧੀ ਇੱਕ ਵਾਰੀ ਫਿਰ ਆਮੋ ਸਾਹਮਣੇ ਨੇ। ਧਰਮਵੀਰ ਗਾਂਧੀ ਤੇ ਬੀਬੀ ਪਰਨੀਤ ਕੌਰ, ਇਹਨਾਂ ਦੋਹਾਂ ਨੂੰ ਖੇਡ ਚੋਂ ਬਾਹਰ ਨਹੀਂ ਕਰ ਸਕਦੇ। ਇਹ ਦੋਹੇ ਪਹਿਲੇ ਤੇ ਦੂਜੇ ਨੰਬਰ ਦੇ ਖਿਡਾਰੀ। ਇੱਕ ਨਾਮ, ਇੱਕ ਦਬਦਬਾ ਕੈਪਟਨ ਅਮਰਿੰਦਰ ਸਿੰਘ ਦਾ ਹਾਲੇ ਵੀ ਹੈ। ਉਹਨਾਂ ਦਾ ਗੈਰ ਹਾਜ਼ਰ ਰਹਿਣਾ ਕਾਂਗਰਸ ਦੇ ਲਈ ਪਲੱਸ ਪੁਆਇੰਟ ਆ, ਉਹਨਾਂ ਦਾ ਗੈਰ ਹਾਜ਼ਰ ਰਹਿਣਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਪਲੱਸ ਪੁਆਇੰਟ ਆ, ਉਹਨਾਂ ਦਾ ਗੈਰ ਹਾਜ਼ਰ ਰਹਿਣਾ ਜੇ ਨੈਗੇਟਿਵ ਪੁਆਇੰਟ ਆ ਤਾਂ ਬੀਜੇਪੀ ਦੇ ਲਈ ਆ। ਇਹ ਨਹੀਂ ਆ ਕਿ ਧਰਮਵੀਰ ਗਾਂਧੀ ਜੇਕਰ ਕਿਸੇ ਪਾਰਟੀ ਦੇ ਵਿੱਚ ਹੋਣਗੇ ਉਹਨਾਂ ਦੀ ਵੋਟ ਤਾਂ ਹੀ ਹੋਵੇਗੀ, ਨਹੀਂ। ਧਰਮਵੀਰ ਗਾਂਧੀ ਜੇਕਰ ਇਕੱਲੇ ਨੇ ਤਾਂ ਵੀ ਉਹਨਾਂ ਦੇ ਨਾਲ ਬਹੁਤ ਵੋਟ ਹੈ। ਇਹ ਦੇਖਣਾ ਕਿ ਆਪਣੀ ਵੋਟ ਦੇ ਨਾਲ ਨਾਲ ਕਾਂਗਰਸ ਦੀ ਵੋਟ ਉਹ ਕਿੰਨੀ ਲਿਜਾਂਦੇ ਨੇ, ਰਾਮ ਮੰਦਿਰ ਆ ਉਹ ਕਿੰਨਾ ਇਫੈਕਟ ਕਰਦਾ, ਸ਼ਾਇਦ ਲੁਕਵੀਂ ਵੋਟ ਜਿਹੜੀ ਆ ਉਹ ਵੀ ਬੜੀ ਬੀਜੇਪੀ ਦੇ ਵੱਲ ਜਿਹੜੀ ਹੈਗੀ ਉਹ ਜਾ ਰਹੀ ਹੈ। ਇਫੈਕਟ ਰਾਹੁਲ ਗਾਂਧੀ ਦੀ ਰੈਲੀ ਵਧੇਰੇ ਛੱਡਦੀ ਆ, ਜਾਂ ਫਿਰ ਇਫੈਕਟ ਜਿਹੜਾ ਹੈਗਾ ਉਹ ਨਰਿੰਦਰ ਮੋਦੀ ਹੋਰਾਂ ਦੀ ਰੈਲੀ ਵਧੇਰੇ ਛੱਡਦੇ। ਕੇਡਰ ਵੋਟ ਇੱਥੇ ਕਾਂਗਰਸ ਦੀ ਵੀ ਆ, ਕੇਡਰ ਵੋਟ ਇੱਥੇ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦੀ ਵੀ ਆ। ਬੀਜੇਪੀ ਨੇ ਇਸ ਵਾਰੀ ਪੱਤਾ ਕੱਢਿਆ, ਆਮ ਆਦਮੀ ਪਾਰਟੀ ਜਦੋਂ ਧਰਮਵੀਰ ਗਾਂਧੀ ਲੜਦੇ ਨੇ ਕੇਡਰ ਵੋਟ ਆਪਣੀ ਬਣਾਉਣ ਦੇ ਵਿੱਚ ਕਾਮਯਾਬ ਹੁੰਦੀ ਤਾਂ ਨੀਨਾ ਮਿੱਤਲ ਨੂੰ 53,000 ਵੋਟਾਂ 'ਤੇ ਨਹੀਂ ਖੜਨਾ ਪੈਣਾ, ਕਮ ਸੇ ਕਮ 2-2.5 ਲੱਖ ਵੋਟ ਨੀਨਾ ਮਿੱਤਲ ਜਿਹੜੇ ਉਹ ਜ਼ਰੂਰ ਲੈ ਕੇ ਜਾਂਦੇ। ਇਹ ਪਰਿਵਾਰ ਲੰਬੇ ਸਮੇਂ ਤੋਂ ਕਾਂਗਰਸ ਦੇ ਝੰਡੇ ਹੇਠ ਜਾਂਦਾ, ਇੱਕ ਚੀਜ਼ ਨੂੰ ਪਾਸੇ ਨਹੀਂ ਰੱਖਿਆ ਜਾ ਸਕਦਾ ਕਿ ਕਾਂਗਰਸ ਦੀ ਵੋਟ ਉੱਥੇ ਹੈ। ਦੇਖਣਾ ਇਹ ਵੀ ਹੋਵੇਗਾ ਕਿ ਆਪਣੀ ਵੋਟ ਦੇ ਨਾਲ ਨਾਲ ਬੀਬੀ ਪਰਨੀਤ ਕੌਰ ਜਿਹੜੇ ਨੇ ਉਹ ਕਾਂਗਰਸ ਦੀ ਵੋਟ ਕਿੰਨੀ ਲੈ ਕੇ ਆਏ ਨੇ, ਕਿੰਨੀ ਤੋੜੀ ਆ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਸੁਰਿੰਦਰਪਾਲ ਸਿੰਘ ਅਤੇ ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਗੱਲ ਪਤੇ ਦੀ ਤੁਹਾਡੇ ਨਾਲ ਤੁਹਾਡੇ ਲਈ। ਗੱਲਬਾਤ ਅਸੀਂ ਕਰਾਂਗੇ ਪਟਿਆਲਾ ਸ਼ੀਟ 'ਤੇ। ਜਿਵੇਂ ਤੁਹਾਨੂੰ ਪਤਾ ਵੀ ਸਿਆਸੀ ਮਾਹੌਲ ਪੂਰਾ ਗਰਮਾਇਆ ਹੋਇਆ ਅਤੇ ਕੁਝ ਹੀ ਘੰਟੇ ਬਾਕੀ ਨੇ ਪਟਿਆਲਾ ਸ਼ੀਟ 'ਤੇ। ਮੇਰੇ ਨਾਲ ਗੱਲ ਕਰਨਗੇ ਮੇਰੇ ਸਹਿਯੋਗੀ ਜਸ ਗਰੇਵਾਲ। ਬਾਈ ਜਸ, ਕਿਵੇਂ ਆ ਪਟਿਆਲਾ 'ਤੇ? ਕਹਿੰਦੇ ਕਾਫੀ ਮਾਹੌਲ ਗਰਮਾਇਆ ਹੋਇਆ। ਪਟਿਆਲਾ ਸ਼ੀਟ ਦੀ ਜੇ ਗੱਲ ਕਰੀਏ, ਪਟਿਆਲਾ 'ਤੇ ਮਾਹੌਲ ਗਰਮਾਇਆ ਹੋਇਆ ਹੈ ਕਿਉਂਕਿ ਇੱਕ ਦੂਜੇ ਦੇ ਸਿਆਸੀ ਵਿਰੋਧੀ ਇੱਕ ਵਾਰੀ ਫਿਰ ਆਮੋ ਸਾਹਮਣੇ ਨੇ। ਜੇ ਅੱਜ ਦੇ ਸਮੇਂ ਦੇ ਵਿੱਚ ਟੱਕਰ ਦੇਖੀਏ, ਅੱਜ ਦੇ ਸਮੇਂ ਦੇ ਵਿੱਚ ਇਹ ਦੇਖੀਏ ਕਿ ਕੌਣ ਕਿਹਦੇ ਨਾਲ ਭਿੜ ਰਿਹਾ, ਤਾਂ ਕੋਈ ਸ਼ੱਕ ਨਹੀਂ ਕਿ ਆਪਾਂ ਧਰਮਵੀਰ ਗਾਂਧੀ ਅਤੇ ਬੀਬੀ ਪਰਨੀਤ ਕੌਰ ਇਹਨਾਂ ਦੋਹਾਂ ਨੂੰ ਖੇਡ 'ਚੋਂ ਬਾਹਰ ਨਹੀਂ ਕਰ ਸਕਦੇ। ਇਹ ਦੋਹੇ ਪਹਿਲੇ ਅਤੇ ਦੂਜੇ ਨੰਬਰ ਦੇ ਖਿਡਾਰੀ ਨੇ, ਇਹ ਦੋਹੇ ਜਿਹੜੇ ਹੈਗੇ ਨੇ ਉਹ ਪਹਿਲੇ ਅਤੇ ਦੂਸਰੇ ਨੰਬਰ 'ਤੇ ਨੇ। ਹੁਣ ਮੁੱਖ ਗੱਲ ਇਹ ਆ ਕਿ ਮਹਾਰਾਣੀ ਪਰਨੀਤ ਕੌਰ ਕਿੰਨੀਆਂ ਵੋਟਾਂ ਲਿਜਾਂਦੀ ਆ, ਇਹ ਵੱਡਾ ਸਵਾਲ ਹੀ ਆ ਸਿਰ ਨਾਲ। ਉਹਦਾ ਕਾਰਨ ਕੀ ਹੈ? ਕਿਉਂਕਿ ਹਾਲਾਂਕਿ ਬਹੁਤੇ ਲੋਕ ਕਹਿੰਦੇ ਨੇ ਕਿ ਯਾਰ ਲੰਬੇ ਸਮੇਂ ਤੋਂ ਇਹ ਪਰਿਵਾਰ ਜਿੱਦਾਂ ਆ, ਪਰ ਆਪਾਂ ਨੂੰ ਇਹ ਚੀਜ਼ ਵੀ ਇਹਨ ਪਾਸੇ ਰੱਖਣੀ ਚਾਹੀਦੀ ਕਿ ਇਹ ਪਰਿਵਾਰ ਲੰਬੇ ਸਮੇਂ ਤੋਂ ਜਿੱਦਾਂ ਆ, ਇਹ ਪਰਿਵਾਰ ਲੰਬੇ ਸਮੇਂ ਤੋਂ ਕਾਂਗਰਸ ਦੇ ਝੰਡੇ ਹੇਠ ਜਿੱਦਾਂ ਆ, ਨਾ ਕਿ ਆਜ਼ਾਦ ਤੌਰ 'ਤੇ ਜਾਂ ਕਿਸੇ ਹੋਰ ਪਾਰਟੀ ਤੌਰ 'ਤੇ ਜਿੱਦਾਂ। ਭਾਵ ਇੱਕ ਚੀਜ਼ ਨੂੰ ਪਾਸੇ ਨਹੀਂ ਰੱਖਿਆ ਜਾ ਸਕਦਾ ਕਿ ਕਾਂਗਰਸ ਦੀ ਵੋਟ ਉੱਥੇ ਹੈ, 3.5-4 ਲੱਖ, ਜਿਸ ਤਰ੍ਹਾਂ ਦੇ ਨਾਲ ਜੇ ਪਿਛਲੇ ਆਪਾਂ ਅੰਕੜੇ ਕੱਢੀਏ, ਜਿਸ ਤਰ੍ਹਾਂ ਦੇ ਨਾਲ ਵੋਟ ਪੈਂਦੀ ਰਹੀ ਹੈ, 40% ਪਲੱਸ ਵੋਟ ਕਿਸੇ ਵੇਲੇ 40 ਪੈਂਦੀ ਹੈ, ਕਿਸੇ ਵੇਲੇ 50% ਪੈਂਦੀ, ਇਸ ਤਰ੍ਹਾਂ ਦੇ ਨਾਲ ਵੋਟ ਜਿਹੜੀ ਹੈਗੀ ਪੈਂਦੀ ਰਹੀ ਹੈ। ਪਰ ਹਾਂ, ਇੱਕ ਇਹ ਵੀ ਦੇਖਿਆ ਜਾ ਸਕਦਾ ਕਿ ਜਦੋਂ 2014 ਦੇ ਵਿੱਚ ਤਾਂ ਇਹੀ ਧਰਮਵੀਰ ਗਾਂਧੀ ਜਿਹੜੇ ਆ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਲੜਦੇ ਨੇ, ਤਾਂ ਉਦੋਂ ਬੀਬੀ ਨੂੰ ਜਿਹੜਾ ਹੈਗਾ ਉਹ ਹਰਾ ਵੀ ਦਿੰਦੇ ਨੇ। ਉਸ ਤੋਂ ਬਾਅਦ ਫਿਰ ਧਰਮਵੀਰ ਗਾਂਧੀ ਜਿਹੜੇ ਆ ਫਿਰ ਪਾਸੇ ਹੋ ਕੇ ਸਾਰੀਆਂ ਪਾਰਟੀਆਂ ਤੋਂ ਪਾਸੇ ਹੋ ਕੇ ਜਦੋਂ ਖੜ੍ਹੇ ਹੁੰਦੇ ਨੇ, ਤਾਂ ਉਦੋਂ 1,61,000 ਵੋਟ ਦੇ ਤਕਰੀਬਨ ਜਿਹੜੀਆਂ ਵੋਟਾਂ ਉਹ ਲੈ ਜਾਂਦੇ ਨੇ। ਭਾਵ ਇੱਕ ਚੀਜ਼ ਤਾਂ ਤੈਅ ਆ ਕਿ ਇਹ ਨਹੀਂ ਆ ਕਿ ਧਰਮਵੀਰ ਗਾਂਧੀ ਜੇਕਰ ਕਿਸੇ ਪਾਰਟੀ ਦੇ ਵਿੱਚ ਹੋਣਗੇ ਉਹਨਾਂ ਦੀ ਵੋਟ ਤਾਂ ਹੀ ਹੋਵੇਗੀ, ਨਹੀਂ। ਧਰਮਵੀਰ ਗਾਂਧੀ ਜੇਕਰ ਇਕੱਲੇ ਨੇ ਤਾਂ ਵੀ ਉਹਨਾਂ ਦੇ ਨਾਲ ਬਹੁਤ ਵੋਟ ਹੈ, ਇਹ ਚੀਜ਼ਾਂ ਪਿਛਲੀ ਵੋਟਾਂ ਨੇ ਜਿਹੜੀਆਂ ਨੇ ਉਹ ਤੈਅ ਕੀਤੀਆਂ, ਜਿੱਥੇ 1,61,000 ਵੋਟ ਉਹਨਾਂ ਪਈ ਆ। ਤੁਹਾਨੂੰ ਇਹ ਦੇਖਣਾ ਕਿ ਆਪਣੀ ਵੋਟ ਦੇ ਨਾਲ ਨਾਲ ਕਾਂਗਰਸ ਦੀ ਵੋਟ ਉਹ ਕਿੰਨੀ ਲਿਜਾਂਦੇ ਨੇ, ਅਤੇ ਦੇਖਣਾ ਇਹ ਵੀ ਹੋਵੇਗਾ ਕਿ ਆਪਣੀ ਵੋਟ ਦੇ ਨਾਲ ਨਾਲ ਬੀਬੀ ਪਰਨੀਤ ਕੌਰ ਜਿਹੜੇ ਨੇ ਉਹ ਕਾਂਗਰਸ ਦੀ ਵੋਟ ਕਿੰਨੀ ਲੈ ਕੇ ਆਏ ਨੇ, ਕਿੰਨੀ ਤੋੜੀ ਆ। ਇੱਕ ਹੋਰ ਵੱਡਾ ਫੈਕਟਰ ਆ,
ਇੱਥੋਂ ਕਦੇ ਵੀ ਹੁਣ ਤੱਕ ਬੀ ਜੇ ਪੀ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੇ ਐੱਮ ਪੀ ਦੀ ਗੱਲ ਕਰਾਂ ਤਾਂ ਇੱਥੋਂ ਚੋਣ ਨਹੀਂ ਲੜੀ। ਇਹ ਪਹਿਲਾ ਦਾਅ ਆ ਉਹਨਾਂ ਦਾ, ਪਹਿਲੀ ਵਾਰ ਭਾਜਪਾ ਜਿਹੜੀ ਹੈਗੀ ਉਹ ਚੋਣ ਲੜ ਰਹੀ ਆ। ਹਾਲਾਂਕਿ ਉਮੀਦਵਾਰ ਉਹਨਾਂ ਨੂੰ ਐਲਾਨਿਆ ਆ ਮਹਾਰਾਣੀ ਪ੍ਰਨੀਤ ਕੌਰ ਨੂੰ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਹੈਗੇ ਆ ਉਹ ਜਿੱਤਦੇ ਆ। ਭਾਵ ਹੁਣ ਜੇਕਰ ਇਹ ਇੱਥੇ ਦੇਖਿਆ ਜਾਵੇ, ਇਹ ਅੰਕੜੇ ਆਪਾਂ ਕੱਢੀਏ ਕਿ ਬੀਜੇਪੀ ਦੀ ਵੋਟ ਕਿੰਨੇ ਵੇ ਪਿਛਲੇ ਸਮੇਂ ਦੇ ਵਿੱਚ 2022 ਦੇ ਵਿੱਚ ਬੀਜੇਪੀ ਜਿਹੜੀ ਹੈਗੀ ਲੜੀ ਆ, ਤਾਂ ਕੁੱਲ ਮਿਲਾ ਕੇ ਪੂਰੇ ਹਲਕਿਆਂ ਦੇ ਵਿੱਚ 71,000 70,000 80,000 ਦੇ ਤਕਰੀਬਨ ਵੋਟ ਜਿਹੜੀ ਆ ਬੀਜੇਪੀ ਦੀ ਬਣਦੀ ਆ ਉਸ ਸਮੇਂ ਦੀ। ਤਾਂ ਹੁਣ ਜਿਹੜਾ ਪਿਛਲੇ ਦਿਨੀ ਰੈਲੀ ਹੋਈ ਆ ਉਹ ਕਿੰਨਾ ਇਫੈਕਟ ਕਰਦੀ ਆ, ਰਾਮ ਮੰਦਰ ਆ ਉਹ ਕਿੰਨਾ ਇਫੈਕਟ ਕਰਦਾ, ਇਹ ਚੀਜ਼ਾਂ ਨੇ। ਹੋਰ ਗੱਲਾਂ ਹੋਰ ਵੀ ਸਾਹਮਣੇ ਆਉਂਦੇ ਕਿ ਸ਼ਾਇਦ ਲੁਕਵੀਂ ਵੋਟ ਜਿਹੜੀ ਆ ਉਹ ਵੀ ਬੜੀ ਬੀਜੇਪੀ ਦੇ ਵੱਲ ਜਿਹੜੀ ਹੈਗੀ ਉਹ ਜਾ ਰਹੀ ਆ। ਪਰ ਜੇ ਇੱਕ ਸਾਫ਼ ਸੁਥਰੇ ਚਿਹਰੇ ਦੇ ਤੌਰ 'ਤੇ ਆਪਾਂ ਦੇਖਿਆ ਜਾਵੇ ਧਰਮਵੀਰ ਗਾਂਧੀ ਹੋਰਾਂ ਨੂੰ ਦੇਖਿਆ ਜਾਵੇ, ਕਿਉਂਕਿ ਜੇਕਰ ਕਾਂਗਰਸ ਆਪਣੇ ਦੇ ਵਿੱਚ ਲੈ ਕੇ ਆਉਂਦੀ ਆ ਤਾਂ ਇੱਕ ਸਾਫ਼ ਸੁਥਰਾ ਚਿਹਰੇ ਦੇ ਤੌਰ 'ਤੇ, ਇੱਕ ਸਾਫ਼ ਸੁਥਰੇ ਰਾਜਨੀਤਿਕ ਲੀਡਰ ਦੇ ਤੌਰ 'ਤੇ ਉਹਨਾਂ ਨੇ ਆਪਣੇ ਵੱਲ ਧਰਮਵੀਰ ਗਾਂਧੀ ਹੋਰਾਂ ਨੂੰ ਜਿਹੜੇ ਆ ਉਹ ਲੈ ਕੇ ਆਇਆ। ਪਹਿਲੇ ਸਮੇਂ ਦੇ ਵਿੱਚ ਧਰਮਵੀਰ ਗਾਂਧੀ ਤੋਂ ਕਈ ਕਾਂਗਰਸੀ ਜਿਹੜੇ ਆ ਉਹ ਨਿਰਾਸ਼ ਵੀ ਹੋਏ ਸੀ, ਨਾਲ ਚੱਲਣ ਤੋਂ ਇਨਕਾਰ ਵੀ ਕਰਦਾ ਸੀ, ਪਰ ਕਿਉਂਕਿ ਜਦੋਂ ਫਿਰ ਵੱਡੇ ਚਿਹਰੇ ਆ ਜਾਣ ਤਾਂ ਵੱਡੇ ਚਿਹਰਿਆਂ ਤੋਂ ਜਿਹੜੇ ਹੈਗੇ ਉਹ ਆ ਜਾਣ ਤਾਂ ਉਦੋਂ ਬੜਾ ਕੁਛ ਬਦਲ ਜਾਂਦਾ ਅਤੇ ਬੜਾ ਕੁਛ ਬਦਲਣਾ ਵੀ ਪੈਂਦਾ ਸਮੇਂ ਦੇ ਹਿਸਾਬ ਦੇ ਨਾਲ। ਤਾਂ ਕਹਿੰਦੇ ਨੇ ਕਿ ਪੂਰੀ ਕਾਂਗਰਸ ਨੂੰ ਆਪਣੇ ਨਾਲ ਤੋਰਨ ਦੇ ਵਿੱਚ ਧਰਮਵੀਰ ਗਾਂਧੀ ਜਿਹੜੇ ਉਹ ਕਾਮਯਾਬ ਹੋਏ ਨੇ, ਅਤੇ ਜਿਹੜੀ ਰੈਲੀ ਧਰਮਵੀਰ ਗਾਂਧੀ ਹੋਰਾਂ ਦੀ ਰਾਹੁਲ ਗਾਂਧੀ ਹੋਰਾਂ ਦੀ ਸੀ ਉਹ ਵੀ ਕਾਮਯਾਬ ਰਹੀ ਆ। ਹੁਣ ਦੇਖਣਾ ਇਹ ਆ ਕਿ ਇਫੈਕਟ ਰਾਹੁਲ ਗਾਂਧੀ ਦੀ ਰੈਲੀ ਵਧੇਰੇ ਛੱਡਦੀ ਆ ਜਾਂ ਫਿਰ ਇਫੈਕਟ ਜਿਹੜਾ ਹੈਗਾ ਉਹ ਨਰਿੰਦਰ ਮੋਦੀ ਹੋਰਾਂ ਦੀ ਰੈਲੀ ਵਧੇਰੇ ਛੱਡਦੇ। ਜੇਕਰ ਇਕੱਠ ਦੀ ਗੱਲ ਕਰੀਏ ਤਾਂ ਇਕੱਠ ਦੋਹਾਂ ਰੈਲੀਆਂ ਦੇ ਵਿੱਚ ਬਰਾਬਰ ਸੀ, ਖੱਚੋ ਖੱਚ ਮੈਦਾਨ ਜਿਹੜੇ ਉਹ ਭਰੇ ਹੋਏ ਸੀ। ਦੋ ਤਿੰਨ ਨੁਕਤੇ ਆ, ਇੱਕ ਤਾਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਵੀ ਹਰ ਵਾਰ ਨਾਲ ਹੁੰਦੇ ਸੀ, ਉਹ ਨਾਲ ਨਹੀਂ ਹੈਗੇ, ਉਸ ਦਾ ਕੋਈ ਗੱਲ ਦਾ ਪ੍ਰਭਾਵ ਪਊਗਾ? ਬਿਲਕੁਲ ਪਊਗਾ, ਕਿਉਂ ਨਹੀਂ ਪਊਗਾ। ਕੈਪਟਨ ਅਮਰਿੰਦਰ ਸਿੰਘ ਠੀਕ ਹੈ, ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਜਲੀਲ ਕਰਕੇ ਉਸ ਤੋਂ ਬਾਅਦ ਕੱਢਿਆ ਗਿਆ ਉਹ ਗੱਲ ਵੱਖਰੀ ਆ, ਪਰ ਫਿਰ ਵੀ ਇੱਕ ਇਨਸਾਨ, ਇੱਕ ਨਾਮ, ਇੱਕ ਦਬਦਬਾ ਕੈਪਟਨ ਅਮਰਿੰਦਰ ਸਿੰਘ ਦਾ ਹਾਲੇ ਵੀ ਹੈ, ਇੱਕ ਪਹਿਚਾਣ ਕੈਪਟਨ ਅਮਰਿੰਦਰ ਸਿੰਘ ਦੀ ਹਾਲੇ ਵੀ ਹੈ। ਜੇਕਰ ਕੈਪਟਨ ਅਮਰਿੰਦਰ ਸਿੰਘ ਪ੍ਰਨੀਤ ਕੌਰ ਹੋਰਾਂ ਦੀ ਚੋਣ ਪ੍ਰਚਾਰ ਦੇ ਵਿੱਚ ਹੁੰਦੇ ਤਾਂ ਸੁਭਾਵਿਕ ਤੌਰ 'ਤੇ ਗੇਮ ਕੁਛ ਵੱਖਰੀ ਹੋਣੀ ਸੀ, ਤਾਂ ਸੁਭਾਵਿਕ ਤੌਰ 'ਤੇ ਕਾਂਗਰਸ ਨੂੰ ਜਿਹੜਾ ਉਹ ਔਖਾ ਹੋ ਜਾਣਾ ਸੀ। ਪਰ ਕੈਪਟਨ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਉਹ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਖਟਕ ਰਹੀ ਆ, ਖਾਸ ਕਰ ਬੀਜੇਪੀ ਦੀ ਜੇ ਗੱਲ ਕਰਾਂ, ਮੈਨੂੰ ਲੱਗਦਾ ਸ਼ਾਇਦ ਆਪ ਖੁਦ ਪਰਿਵਾਰ ਨੂੰ ਵੀ ਉਹ ਜ਼ਰੂਰ ਕਿਤੇ ਨਾ ਕਿਤੇ ਘਾਟ ਮਹਿਸੂਸ ਹੋ ਰਹੀ ਹੋਣੀ ਆ। ਹੋ ਸਕਦਾ ਕੋਈ ਉਹਨਾਂ ਦੇ ਨਿੱਜੀ ਕਾਰਨ ਹੋਣ, ਉਹ ਨਹੀਂ ਆਏ, ਪਰ ਉਹਨਾਂ ਦਾ ਗੈਰ ਹਾਜ਼ਰ ਰਹਿਣਾ ਕਾਂਗਰਸ ਦੇ ਲਈ ਪਲੱਸ ਪੁਆਇੰਟ ਆ, ਉਹਨਾਂ ਦਾ ਗੈਰ ਹਾਜ਼ਰ ਰਹਿਣਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਪਲੱਸ ਪੁਆਇੰਟ ਆ, ਉਹਨਾਂ ਦਾ ਗੈਰ ਹਾਜ਼ਰ ਰਹਿਣਾ ਜੇ ਨੈਗੇਟਿਵ ਪੁਆਇੰਟ ਆ ਤਾਂ ਉਹ ਬੀਜੇਪੀ ਦੇ ਲਈ ਆ, ਨੈਗੇਟਿਵ ਪੁਆਇੰਟ ਆ ਤਾਂ ਉਹ ਪ੍ਰਨੀਤ ਕੌਰ ਦੇ ਲਈ ਆ। ਇੱਕ ਗੱਲ ਹੋਰ ਆ, ਇੱਥੇ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਗੇਮ ਤੋਂ ਬਾਹਰ ਨਹੀਂ ਕਰ ਸਕਦੇ, ਜੇ ਇੱਥੇ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਗੇਮ ਤੋਂ ਬਾਹਰ ਨਹੀਂ ਕਰ ਸਕਦੇ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਰੈਲੀ ਹੁੰਦੀ ਆ ਤਾਂ ਕਹਿੰਦੇ ਨੇ ਇਕੱਠ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸੀ ਨਾ ਉਹ ਬੜਾ ਸੀ, ਬਹੁਤ ਇਕੱਠ ਸ਼੍ਰੋਮਣੀ ਅਕਾਲੀ ਦਲ ਨੇ ਦਿਖਾਇਆ। ਹਾਂ, ਉਹ ਇਕੱਠ ਨੂੰ ਵੋਟਾਂ ਦੇ ਰੂਪ 'ਚ ਤਬਦੀਲ ਕਰ ਸਕਦੇ ਆ ਜਾਂ ਨਹੀਂ, ਇਹ ਗੱਲ ਆਪਾਂ ਕਿਉਂ ਕਰ ਰਹੇ ਹਾਂ ਕਿ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਇਕੱਠ ਹੁੰਦਾ, ਜੇਕਰ ਅਸੀਂ ਰੈਲੀਆਂ ਹੁੰਦੀਆਂ ਨੇ, ਰੈਲੀਆਂ ਦਾ ਦਬਦਬਾ ਦਿਖਾਉਣਾ ਹੁੰਦਾ ਤਾਂ ਬੜਾ ਕੁਛ ਹੁੰਦਾ, ਬੰਦੇ ਖਰੀਦੇ ਵੀ ਜਾਂਦੇ ਆ, ਬੱਸਾਂ ਪਾਸਿਆਂ ਤੋਂ ਭਰ ਕੇ ਲਿਆਂਦੀਆਂ ਜਾਂਦੀਆਂ, ਹੈ ਨਾ, ਤਾਂ ਉਹ ਚੀਜ਼ਾਂ ਹੀ ਬੜਾ ਹੁੰਦਾ, ਦਿਹਾੜੀਆਂ 'ਤੇ ਬੰਦੇ ਬਹੁਤ ਲੈਂਦੇ ਨੇ। ਹੁਣ ਗੱਲ ਇਹ ਹੈ ਕਿ ਉਹ ਤਬਦੀਲ ਕਰ ਸਕਦੇ ਨੇ ਜਾਂ ਨਹੀਂ। ਹੁਣ ਜੇ ਆਪਾਂ ਇੱਕ ਚੀਜ਼ ਦੇਖੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਧਰਮਵੀਰ ਗਾਂਧੀ ਜਿੱਤਦੇ ਨੇ, ਉਸ ਤੋਂ ਬਾਅਦ ਨੀਨਾ ਮਿੱਤਲ ਆਉਂਦੇ ਨੇ। ਤੁਸੀਂ ਦੇਖੋ ਧਰਮਵੀਰ ਗਾਂਧੀ ਲੱਖਾਂ ਵੋਟ ਲੈ ਕੇ ਜਾਂਦੇ ਨੇ, ਨੀਨਾ ਮਿੱਤਲ ਮਹਿਜ਼ 53,000 'ਤੇ ਆ ਕੇ ਖੜ੍ਹ ਜਾਂਦੇ ਨੇ। ਤਾਂ
ਇਹ ਪਾਰੀ ਇੱਕ ਸੱਟਾ ਤਾਂ ਆਮ ਆਦਮੀ ਪਾਰਟੀ ਦੇ ਲਈ ਵੀ ਹੈ ਕਿ ਆਮ ਆਦਮੀ ਪਾਰਟੀ ਇੱਥੇ ਡਾਕਟਰ ਬਲਵੀਰ ਜਿਹੜੇ ਆ ਉਹ ਕਰਦੇ ਕੀ ਨੇ, ਉਸ ਤੋਂ ਬਾਅਦ ਜੇ ਉਸ ਤੋਂ ਬਾਅਦ ਵਿਧਾਨ ਸਭਾ ਹਲਕਿਆਂ ਦੀ ਗੱਲ ਕਰਾਂ ਤਾਂ ਉੱਥੇ ਵੋਟ ਜਿਹੜੀ ਹੈਗੀ ਉਹ ਵਧੀਆ, ਪਰ ਕੇਡਰ ਵੋਟ ਦੀ ਜੇਕਰ ਗੱਲ ਕਰੀਏ ਤਾਂ ਕੇਡਰ ਵੋਟ ਇੱਥੇ ਕਾਂਗਰਸ ਦੀ ਵੀ ਆ, ਕੇਡਰ ਵੋਟ ਇੱਥੇ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦੀ ਵੀ ਆ। ਬੀ ਜੇ ਪੀ ਨੇ ਇਸ ਵਾਰੀ ਪੱਤਾ ਕੱਟਿਆ ਮਹਾਰਾਣੀ ਪ੍ਰਨੀਤ ਕੌਰ ਦੇ ਨਾਮ ਤੇ, ਕਿਉਂਕਿ ਕੇਡਰ ਬੋਰਡ ਦੀ ਜੇ ਗੱਲ ਕਰਾਂ ਤਾਂ ਉਨੀ ਸਟਰੋਂਗ, ਜੇਕਰ ਆਪਾਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਖੜਾਈਏ ਇੱਕ ਪਾਸੇ ਕਾਂਗਰਸ ਨੂੰ ਖੜਾ ਲਈਏ ਤਾਂ ਉਨੀ ਸਟਰੋਂਗ ਬੀ ਜੇ ਪੀ, ਇਕੱਲੀ ਬੀ ਜੇ ਪੀ ਇੱਥੇ ਨਹੀਂ ਸੀ। ਪਰ ਪ੍ਰਨੀਤ ਕੌਰ ਜੋ ਤੋਂ ਉੱਧਰ ਜਾਂਦੇ ਨੇ ਤਾਂ ਹੁਣ ਦੇਖਣਾ ਇਹ ਆ ਕਿ ਪ੍ਰਨੀਤ ਕੌਰ ਖੁਦ ਗਏ ਨੇ ਜਾਂ ਆਪਣੇ ਨਾਲ ਕਿੰਨੀ ਵੋਟ ਲੈ ਕੇ ਗਏ ਨੇ, ਕਿੰਨੇ ਪਰਸੈਂਟ ਲੋਕ ਜਿਹੜੇ ਨੇ ਕਿੰਨੀ ਪਰਸੈਂਟ ਵੋਟ ਆ ਉਹਨਾਂ ਦਾ ਪ੍ਰਭਾਵ ਜਿਹੜੀ ਆ ਉਹ ਮੰਨਦੀ ਆ, ਇਹ ਦੇਖਣਾ ਜਿਹੜਾ ਅਹਿਮ ਆ। ਪਰ ਜਿਵੇਂ ਹੁਣ ਸਰਵਿਆਂ ਦੀ ਗੱਲ ਕਰੀਏ ਜਾਂ ਉੱਥੇ ਉੱਥੋਂ ਦੇ ਲੋਕਾਂ ਦੇ ਨਾਲ ਜੋ ਵਿਚਾਰ ਚਰਚਾ ਹੁੰਦੀ ਆ ਜਾਂ ਜੋ ਅਸੀਂ ਗੱਲਬਾਤ ਕਰਦੇ ਹਾਂ ਤਾਂ ਉਹ ਤੋਂ ਇਹ ਜ਼ਰੂਰ ਆਂਕਿਆ ਜਾ ਰਿਹਾ ਕਿ ਧਰਮਵੀਰ ਗਾਂਧੀ ਕਿਤੇ ਨਾ ਕਿਤੇ ਜਿਹੜੇ ਆ ਉਹ ਦੌੜ ਦੇ ਵਿੱਚ ਅੱਗੇ ਚੱਲ ਰਹੇ ਆ। ਹਾਲ ਦੀ ਘੜੀ ਧਰਮਵੀਰ ਗਾਂਧੀ ਦੌੜ ਦੇ ਵਿੱਚ ਅੱਗੇ ਜ਼ਰੂਰ ਨੇ, ਕਿਉਂਕਿ ਇੱਕ ਵਾਰੀ ਪਹਿਲਾਂ ਇਸ ਤੋਂ ਪਹਿਲਾਂ ਵੀ ਹਰਾ ਚੁੱਕੇ ਨੇ, ਉਸ ਤੋਂ ਬਾਅਦ ਜਿਹੜੇ ਹੈਗੇ ਨੇ ਪ੍ਰਨੀਤ ਕੌਰ ਨੇ ਉਹਨਾਂ ਨੂੰ ਹਰਾਇਆ, ਤਾਂ ਉਹਨੇ ਇਸ ਵਾਰੀ ਫਿਰ ਮੁਕਾਬਲਾ ਤੀਸਰੀ ਵਾਰ ਆਹਮੋ ਸਾਹਮਣੇ ਹੋਏ ਨੇ। ਜਿਵੇਂ ਤੁਸੀਂ ਕਹਿ ਰਹੇ ਹੋ ਵੀ ਡਾਕਟਰ ਧਰਮਵੀਰ ਗਾਂਧੀ ਚੰਗੇ ਡਾਕਟਰ ਚੰਗੇ ਇਨਸਾਨ ਨੂੰ ਕਰਕੇ ਨਿੱਜੀ ਵੀ ਉਹਨਾਂ ਦਾ ਵੋਟ ਬੈਂਕ ਹੈ, ਤੁਹਾਨੂੰ ਕੀ ਲੱਗਦਾ ਪ੍ਰਨੀਤ ਕੌਰ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਕਰਕੇ ਇਮੇਜ ਆ, ਜਾਂ ਤੁਹਾਨੂੰ ਤੁਸੀਂ ਗਏ ਜਿਵੇਂ ਪਟਿਆਲੇ ਵੀ ਨਿੱਜੀ ਵੀ ਉਹਨਾਂ ਦਾ ਕੋਈ ਆਧਾਰ ਰੱਖਦੇ ਆ ਉਹ? ਇਹ ਚੀਜ਼ਾਂ ਨਾ ਜਿਵੇਂ ਉਹੀ ਹੁਣ ਜਿਵੇਂ ਆਪਾਂ ਧਰਮਵੀਰ ਗਾਂਧੀ ਦਾ ਜੇਕਰ ਅਨੁਮਾਨ ਲਗਾ ਰਹੇ ਹਾਂ, ਵੋਟਾਂ ਦਾ ਅਨੁਮਾਨ ਲਗਾ ਰਹੇ ਹਾਂ, ਤਾਂ ਧਰਮਵੀਰ ਗਾਂਧੀ ਇੱਕ ਵਾਰੀ ਇਹ ਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾ ਕਾਂਗਰਸ ਦੇ ਵੱਲੋਂ ਨਾ ਆਮ ਆਦਮੀ ਪਾਰਟੀ, ਇਹਨਾਂ ਤਿੰਨਾਂ ਦੇ ਝੰਡੇ ਤੋਂ ਪਾਸੇ ਹੋ ਕੇ ਇੱਕ ਵਾਰੀ ਲੜੇ ਆ, ਤਾਂ ਉਦੋਂ ਪਤਾ ਲੱਗਿਆ ਕਿ ਨਹੀਂ ਯਾਰ ਉਹਨਾਂ ਦੇ ਨਾਲ ਵੀ ਉਸ ਇਨਸਾਨ ਦੇ ਨਾਲ ਵੀ 1,61,000 ਦੇ ਤਕਰੀਬਨ ਵੋਟਾਂ ਹੈਗੀਆਂ ਨੇ। ਪਰ ਮੈਂ ਉਹੀ ਕਹਿ ਰਿਹਾ ਨਾ ਕਿ ਇੱਕ ਸੱਟੇ ਦੀ ਤਰ੍ਹਾਂ ਜੂਏ ਦੀ ਤਰ੍ਹਾਂ ਕਿਉਂ ਆ, ਕਿਉਂਕਿ ਮਹਾਰਾਣੀ ਪ੍ਰਨੀਤ ਕੌਰ ਇੱਥੋਂ ਜਿਹੜੇ ਹੈਗੇ ਆ ਉਹ ਪਾਸੇ ਹੋ ਕੇ ਨਹੀਂ ਲੜੇ, ਪਾਸੇ ਹੋ ਕੇ ਹਾਲੇ ਤੱਕ ਤੁਸੀਂ ਦੇਖੋ ਕਿ ਪਾਸੇ ਹੋ ਕੇ ਨਹੀਂ ਲੜੇ, ਉਹ ਕਾਂਗਰਸ ਦੀ ਟਿਕਟ ਦੇ ਉੱਪਰ ਕਾਂਗਰਸ ਦੇ ਝੰਡੇ ਹੇਠ ਲੜਦੇ ਰਹੇ ਨੇ, ਤੁਹਾਨੂੰ ਵੋਟ ਬਹੁਤ ਚੰਗੀ ਪੈਂਦੀ ਰਹੀ ਆ। ਅਤੇ ਦੂਜੀ ਤੁਸੀਂ ਦਬਦਬੇ ਦੀ ਗੱਲ ਕਰਦੇ ਹੋ, ਤਾਂ ਯਾਰ ਜੇਕਰ ਪਿੰਡ ਦਾ ਜਿਵੇਂ ਕਹਿੰਦੇ ਜ਼ਿਮੀਂਦਾਰਾ ਪਰਿਵਾਰ ਹੋਵੇ, ਪਿੰਡ ਦਾ ਚੰਗਾ ਪਰਿਵਾਰ ਹੋਵੇ, ਪਿੰਡ ਦੇ ਵਿੱਚ ਉਹਨਾਂ ਦਾ ਦਬਦਬਾ ਚੰਗਾ ਹੁੰਦਾ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕੋਈ ਸ਼ੱਕ ਨਹੀਂ, ਕਿਸੇ ਨੇ ਕਿਸੇ ਨਾ ਕਿਸੇ ਵੇਲੇ ਕੰਮ ਕਾਰ ਜਿਹੜੇ ਹੈਗੇ ਉਹ ਕਰਵਾਏ ਹੁੰਦੇ ਆ, ਤਾਂ ਫਿਰ ਵੀ ਮਤਲਬ ਸ਼ਾਹੀ ਘਰਾਣਾ ਆ, ਫਿਰ ਵੀ ਉਹ ਪਰਿਵਾਰ ਆ, ਤਾਂ ਦਬਦਬਾ ਤਾਂ ਨੋ ਡਾਊਟ ਚੰਗਾ ਹੋਊਗਾ, ਪਰ ਦਬਦਬਾ ਅਤੇ ਵੋਟ ਇਹ ਵੱਖੋ ਵੱਖਰੇ ਰਾਹ ਨੇ। ਤਾਂ ਹੁਣ ਉਹ ਵੋਟ ਮਹਾਰਾਣੀ ਪ੍ਰਨੀਤ ਕੌਰ ਲੈ ਕੇ ਕਿੰਨੀ ਜਾਂਦੇ ਨੇ, ਭਾਜਪਾ ਦੀ ਵੋਟ ਲੈ ਕੇ ਜਾਂਦੇ ਨੇ ਜਾਂ ਆਪਣੇ ਨਾਲ ਵੋਟ ਕਿੰਨੀ ਲੈ ਕੇ ਜਾਂਦੇ ਨੇ, ਅਤੇ ਵੱਡੀ ਗੱਲ ਇਹ ਵੀ ਆ ਕਿ ਉਹਨਾਂ ਨੂੰ ਜਿਹੜੀ ਵੋਟ ਪੈਂਦੀ ਆ, ਜਿੰਨੀ ਵੋਟ ਉਹਨਾਂ ਦੇ ਨਾਲ ਜਾਂਦੀ ਆ, ਸੁਭਾਵਿਕ ਤੌਰ 'ਤੇ ਉਹਦੇ ਵਿੱਚੋਂ ਵਧੇਰੀ ਵੋਟ ਜਿਹੜੀ ਉਹ ਕਾਂਗਰਸ 'ਤੇ ਜਾਊਗੀ, ਕਾਂਗਰਸ ਨੂੰ ਖੋਰਾ, ਜਿੰਨੀ ਵੋਟ ਮਹਾਰਾਣੀ ਪ੍ਰਨੀਤ ਕੌਰ ਨੂੰ ਜ਼ਿਆਦਾ ਪੈਣੀ ਆ ਉਹ ਕਾਂਗਰਸ ਨੂੰ ਖੋਰਾ ਲੱਗੂਗਾ। ਅੱਛਾ, ਕਿਸਾਨਾਂ ਦਾ ਕਿਵੇਂ ਰਿਹਾ, ਜਿਵੇਂ ਕਿਸਾਨ ਸਾਰੇ ਪੰਜਾਬ 'ਚ ਬੀ ਜੇ ਪੀ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਆ, ਉੱਥੇ ਕਿਸਾਨਾਂ ਦਾ ਫੈਕਟਰ ਜਾਂ ਵਿਰੋਧ ਕਿੰਨਾ ਕੁ ਚੱਲਿਆ ਪਟਿਆਲੇ? ਕਿਸਾਨਾਂ ਦਾ ਫੈਕਟਰ ਤਾਂ ਹਰ ਕਿਤੇ ਕੰਮ ਕਰਦਾ ਹੈ, ਕਿਉਂਕਿ ਪਿਛਲੇ ਦਿਨਾਂ ਤੋਂ ਜਦੋਂ ਨਰਿੰਦਰ ਮੋਦੀ ਹੋਰਾਂ ਦੀ ਰੈਲੀ ਹੋਈ ਸੀ ਉਦੋਂ ਸਾਹਮਣੇ ਉਗਰਾਹਾਂ ਜਥੇਬੰਦੀ ਦੇ ਵੱਲੋਂ ਵੀ ਰੈਲੀ ਕੀਤੀ ਗਈ ਸੀ, ਕਿਉਂਕਿ ਤਾਂ ਉਹਦਾ ਫੈਕਟਰ ਤਾਂ ਉਹ ਤਾਂ ਮਹਾਰਾਣੀ ਪ੍ਰਨੀਤ ਕੌਰ ਖੁਦ ਵੀ ਮੰਨਦੇ ਨੇ ਕਿ ਇਹ ਫੈਕਟਰ ਕਿ ਭਾਈ ਸਾਡਾ ਵਿਰੋਧ ਕਰਦੇ ਨੇ, ਉਹ ਕਹਿੰਦੇ ਨੇ ਕਿ ਠੀਕ ਆ ਵਿਰੋਧ ਕਰਦੇ ਨੇ, ਵਿਰੋਧ ਕਰਦੇ ਨੇ, ਪਰ ਸਾਡਾ ਵੀ ਹੱਕ ਜਿਹੜਾ ਹੈਗਾ ਉਹ ਵੋਟਾਂ ਮੰਗਣਾ, ਤਾਂ ਵਿਰੋਧ ਤਾਂ ਜੇ ਆਪਾਂ ਫੈਕਟਰ ਦੀ ਗੱਲ ਕਰੀਏ ਤਾਂ ਵਿਰੋਧ ਜ਼ਰੂਰ ਹੁੰਦਾ। ਭਗਵੰਤ ਮਾਨ ਬਾਈ ਜਿਵੇਂ 13-0 ਦੀ ਗੱਲ ਕਰਦੇ ਆ, ਹੁਣ ਸਰਕਾਰ ਵੀ ਸੱਤਾ ਦਾ ਬਹੁਤ ਪ੍ਰਭਾਵ ਹੁੰਦਾ, ਤਾਂ ਕੀ ਲੱਗਦਾ ਵੀ ਡਾਕਟਰ ਬਲਵੀਰ ਸਿੰਘ ਜਿਵੇਂ ਉੱਥੇ ਮਾਹੌਲ ਤੁਸੀਂ ਦੇਖ ਕੇ ਆਏ ਹੋ ਵੀ ਉਹ ਮੁਕਾਬਲੇ 'ਚ ਕਿਉਂ ਨਹੀਂ ਲੱਗ ਰਹੇ, ਕੀ ਲੱਗਦਾ? ਆਪਾਂ ਮੁਕਾਬਲੇ ਤੋਂ ਬਾਹਰ ਨਹੀਂ ਕਰ ਸਕਦੇ, ਜੇ ਆਪਾਂ ਕਹੀਏ ਸੰਪੂਰਨ ਤੌਰ 'ਤੇ ਬਾਹਰ ਕਰੀਏ, ਸੰਪੂਰਨ ਤੌਰ 'ਤੇ ਬਾਹਰ ਨਹੀਂ ਕਰ ਸਕਦੇ। ਮੈਂ ਗੱਲ ਕੀ ਕਰੀ ਆ, ਤੁਸੀਂ ਦੇਖੋ ਨਾ, ਮੈਂ ਗੱਲ ਕਰੀ ਕਿ ਜੇਕਰ ਕੇਡਰ ਵੋਟ ਦੀ ਗੱਲ ਕਰੀ, ਕਿਉਂਕਿ ਜੇਕਰ ਆਮ ਆਦਮੀ ਪਾਰਟੀ ਜਦੋਂ ਧਰਮਵੀਰ ਗਾਂਧੀ ਲੜਦੇ ਨੇ, ਉਸ ਤੋਂ ਬਾਅਦ ਜਦੋਂ ਨੀਨਾ ਮਿੱਤਲ ਜਿਹੜੇ ਹੈਗਾ ਨੇ, ਜੇਕਰ ਕੇਡਰ ਵੋਟ ਸਟਰੋਂਗ ਕਰਨ ਦੇ ਵਿੱਚ ਕੇਡਰ ਵੋਟ ਆਪਣੀ ਬਣਾਉਣ ਦੇ ਵਿੱਚ ਕਾਮਯਾਬ ਹੁੰਦੀ, ਤਾਂ ਨੀਨਾ ਮਿੱਤਲ ਨੂੰ 53,000 ਵੋਟਾਂ 'ਤੇ ਨਹੀਂ ਖੜਨਾ ਪੈਣਾ ਸੀ।
ਕਮ ਸੇ ਕਮ 2-2.5 ਲੱਖ ਵੋਟ ਨਹੀਂ ਨਾ ਮਿੱਤਲ ਜਿਹੜੇ ਉਹ ਜ਼ਰੂਰ ਲੈ ਕੇ ਜਾਂਦੇ। ਹਾਂ, ਗੱਲ ਇੱਥੇ ਇੱਕ ਹੋਰ ਵੀ ਹੈ ਕਿ ਹੁਣ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਡਾਕਟਰ ਬਲਵੀਰ ਸਿੰਘ ਜਿਹੜੇ ਆ ਉਹ ਵੀ ਠੀਕ ਆ, 50-1.5 ਲੱਖ ਵੋਟ 'ਤੇ ਲੈ ਜਾਣਗੇ। ਨਹੀਂ, ਜਦੋਂ ਨੀਨਾ ਮਿੱਤਲ ਹਾਰੇ ਆ ਉਦੋਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਸੀ, ਹੁਣ ਸੱਤਾ ਦੇ ਵਿੱਚ ਆਮ ਆਦਮੀ ਆ, ਕਿਉਂਕਿ ਬਹੁਤੀ ਵੋਟ ਪਰਸੈਂਟੇਜ ਇਹ ਵੀ ਹੁੰਦੀ ਹੈ ਕਿ ਇਹ ਵੀ ਦੇਖਦੀ ਆ ਕਿ ਭਾਈ ਸੱਤਾ ਦੇ ਵਿੱਚ ਕੌਣ ਆ, ਇਸ ਤੋਂ ਬਾਅਦ ਕੰਮ ਕਿਹਨਾਂ ਤੋਂ ਕਰਵਾਉਣੇ ਆ ਜਾਂ ਕੰਮ ਆਪਾਂ ਇਹਨਾਂ ਤੋਂ ਕੰਮ ਲੈਣੇ ਆ, ਉਹ ਚੀਜ਼ ਉਹ ਫੈਕਟਰ ਜਿਹੜਾ ਹੈਗਾ ਉਹ ਅਫੈਕਟ ਕਰਦਾ ਹੈ। ਵੱਡੀ ਗੱਲ ਜਿਵੇਂ ਕੇਡਰ ਬੋਰਡ ਦੀ ਗੱਲ ਕਰ ਰਹੇ ਨਾ ਕਿ ਕਾਂਗਰਸ ਦੀ ਆ, ਕਾਂਗਰਸ ਦੇ ਨਾਲ ਕੇਡਰ ਬੋਰਡ ਚੱਲਦੀ ਹੈ, ਸ਼੍ਰੋਮਣੀ ਅਕਾਲੀ ਦਲ ਆ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਕਾਲੀ ਦਲ ਦੇ ਨਾਲ ਕੇਡਰ ਬੋਰਡ ਜਿਹੜੀ ਚੱਲਦੀ ਹੈ। ਹੁਣ ਸਵਾਲ ਬੀਜੇਪੀ ਅਤੇ ਆਮ ਆਦਮੀ ਪਾਰਟੀ 'ਤੇ ਖੜਾ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਨੀਨਾ ਮਿੱਤਲ ਦੀ ਹਾਰ ਤੋਂ ਬਾਅਦ ਪਟਿਆਲੇ ਦੀ ਲੋਕ ਸਭਾ ਸੀਟ 'ਤੇ ਆਪਣੇ ਆਪ ਨੂੰ ਕਿੰਨਾ ਮਜ਼ਬੂਤ ਕਰ ਪਾਈ ਆ। ਜੇ ਉਹ ਮਜ਼ਬੂਤ ਕਰ ਪਾਈ ਆ ਤਾਂ ਉਹ ਵੋਟ ਕਿਹਦੀ ਉਹਨਾਂ ਨੇ ਆਪਣੇ ਵੱਲ ਖਿੱਚੀ ਆ? ਕੀ ਉਹ ਵੋਟ ਕਾਂਗਰਸ ਦੀ ਆਪਣੇ ਵੱਲ ਖਿੱਚ ਕੇ ਲੈ ਗਏ ਨੇ? ਕੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਵੋਟ ਆ ਉਹਨੂੰ ਆਪਣੇ ਵੱਲ ਖਿੱਚ ਕੇ ਲੈ ਗਏ ਨੇ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਖੁਰਾ ਹੋਰ ਵੀ ਲੱਗਣਾ ਨਾ, ਕਿਉਂਕਿ ਕਿਸੇ ਵੇਲੇ ਜਦੋਂ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਇੱਕ ਹੋ ਕੇ ਲੜਦੇ ਹੁੰਦੇ ਸੀ, ਹੁਣ ਉਹ ਵੀ ਵੱਖੋ ਵੱਖ ਲੜ ਰਹੇ ਨੇ, ਤਾਂ ਉਹ ਵੋਟ ਜਿਹੜੀ ਆ ਉਹ ਵੀ ਬੀਜੇਪੀ ਦੇ ਵੱਲ ਜਿਹੜੀ ਹੈਗੀ ਆ ਉਹ ਜਾ ਰਹੀ ਆ। ਤਾਂ ਹੀ ਇੱਥੇ ਮੁਕਾਬਲਾ ਜਿਹੜਾ ਦਿਲਚਸਪ ਆ, ਹਰ ਦਿਨ ਸਮੀਕਰਨ ਜਿਹੜੇ ਉਹ ਬਦਲ ਰਹੇ ਨੇ, ਹਰ ਦਿਨ ਸਮੀਕਰਨ ਬਦਲ ਰਹੇ। ਜਦੋਂ ਧਰਮਵੀਰ ਗਾਂਧੀ ਨੂੰ ਉਤਾਰਿਆ ਉਦੋਂ ਸਪਸ਼ਟ ਤੌਰ 'ਤੇ ਇਹ ਕਿਹਾ ਜਾ ਰਿਹਾ ਸੀ ਕਿ ਧਰਮਵੀਰ ਗਾਂਧੀ ਸਿੱਧੇ ਦੌੜ ਦੇ ਵਿੱਚ ਨੇ, ਧਰਮਵੀਰ ਗਾਂਧੀ ਸਿੱਧੇ ਤੌਰ 'ਤੇ ਪਹਿਲੇ ਨੰਬਰ 'ਤੇ ਆਉਣਗੇ, ਧਰਮਵੀਰ ਗਾਂਧੀ ਸਿੱਧਾ ਯਾਤਰੀ ਨੇ। ਪਰ ਦਿਨ ਆਉਂਦਿਆਂ ਦਿਨ ਬਦਲਦਿਆਂ ਬੜਾ ਕੁਝ ਬਦਲਦਾ। ਹੁਣ ਕੁਝ ਘੰਟੇ ਬਾਕੀ ਨੇ, ਚੋਣ ਪ੍ਰਚਾਰ ਬਿਲਕੁਲ ਪੂਰਨ ਰੂਪ ਦੇ ਵਿੱਚ ਬੰਦ ਹੋ ਜਾਣਾ, 1 ਤਰੀਕ ਨੂੰ ਬਟਨ ਜਿਹੜੇ ਆ ਉਹ ਦੱਬੇ ਜਾਣੇ ਅਤੇ 4 ਤਰੀਕ ਨੂੰ ਨਤੀਜਾ ਆਪਣੇ ਸਭ ਦੇ ਸਾਹਮਣੇ ਹੋਊਗਾ। ਤਾਂ ਉਹੀ ਆ ਕਿ ਹੁਣ ਦੀ ਜੇ ਗੱਲ ਕਰਾਂ, ਧਰਮਵੀਰ ਗਾਂਧੀ, ਪ੍ਰਨੀਤ ਕੌਰ ਜਿਹੜੇ ਨੇ ਉਹ ਪੂਰਨ ਰੂਪ ਦੇ ਵਿੱਚ ਮੁਕਾਬਲੇ ਦੇ ਵਿੱਚ ਨੇ, ਪਹਿਲੇ ਦੂਜੇ ਨੰਬਰ 'ਤੇ ਨੇ, ਦੇਖੋ ਬਣਦਾ ਕੀ ਹੈ। ਪਰ ਹਾਲ ਦੀ ਘੜੀ ਧਰਮਵੀਰ ਗਾਂਧੀ ਨੂੰ ਇਹ ਨਹੀਂ ਮੰਨਿਆ ਜਾ ਸਕਦਾ ਕਿ ਧਰਮਵੀਰ ਗਾਂਧੀ ਪੱਛੜ ਰਹੇ ਨੇ, ਧਰਮਵੀਰ ਗਾਂਧੀ ਨਹੀਂ ਪੱਛੜੇ, ਧਰਮਵੀਰ ਗਾਂਧੀ ਅੱਗੇ ਜਿਹੜਾ ਹੈਗਾ ਉਹ ਜ਼ਰੂਰ ਚੱਲ ਰਹੇ ਨੇ। ਪਰ ਲੁਕਮੀ ਵੋਟ, ਛੁਪਮੀ ਵੋਟ, ਚੁੱਪੀ ਦੀ ਵੋਟ ਉਹ ਕਿੱਧਰ ਜਾਂਦੀ ਆ, ਕਿੱਧਰ ਪੈਂਦੀ ਆ? ਕਿ ਜਿਹੜੇ ਕਾਂਗਰਸੀ ਧਰਮਵੀਰ ਗਾਂਧੀ ਦੇ ਨਾਲ ਤੁਰੇ ਨੇ, ਕਿ ਉਹ ਪੂਰਨ ਰੂਪ ਦੇ ਵਿੱਚ ਤੁਰੇ ਨੇ, ਕਿ ਉਹ ਤਣੋ ਮਣੋ ਤੁਰੇ ਨੇ ਜਾਂ ਸਿਰਫ ਉਹ ਮਣੋ ਤੁਰੇ ਨੇ, ਤਣੋ ਜਿਹੜੇ ਉਹ ਨਹੀਂ ਤੁਰੇ, ਇਹ 4 ਤਰੀਕ ਜਿਹੜੀ ਹੈਗੀ ਆ ਉਹ ਤੈਅ ਜ਼ਰੂਰ ਕਰੂਗੀ।